ਸੁਣੋ ਇਹ ਗੱਲਾਂ, ਬੁਢਾਪਾ ਨਹੀਂ ਆਵੇਗਾ। ਨੰਬਰ 1, ਘੱਟ ਪਾਣੀ ਪੀਣ ਨਾਲ ਬੁੱਲ ਕਾਲੇ ਹੋ ਜਾਂਦੇ ਹਨ। ਨੰਬਰ 2, ਹਰ ਰੋਜ਼ ਸਵੇਰੇ ਇੱਕ ਟਮਾਟਰ ਖਾਣ ਨਾਲ ਵਾਲ ਜਲਦੀ ਸਫੈਦ ਨਹੀਂ ਹੁੰਦੇ। ਨੰਬਰ 3, ਮਸਰ ਦੀ ਦਾਲ ਜ਼ਿਆਦਾ ਖਾਣ ਨਾਲ ਪੇਟ ਦੀਆਂ ਬਿਮਾਰੀਆਂ ਨਹੀਂ ਲੱਗਦੀਆਂ। ਨੰਬਰ 4, ਜ਼ਿਆਦਾ ਲੱਸੀ ਪੀਣ ਨਾਲ ਜੋੜਾਂ ਦਾ ਦਰਦ ਸ਼ੁਰੂ ਹੋ ਜਾਂਦਾ ਹੈ। ਨੰਬਰ 5, ਪਾਣੀ ਵਿੱਚ ਇਲਾਇਚੀ ਪਾ ਕੇ ਪੀਣ ਨਾਲ ਬੁਖਾਰ ਠੀਕ ਹੋ ਜਾਂਦਾ ਹੈ। ਨੰਬਰ 6, ਜ਼ਿਆਦਾ ਠੰਡਾ ਪਾਣੀ ਪੀਣ ਨਾਲ ਬੁਢਾਪਾ ਜਲਦੀ ਆ ਜਾਂਦਾ ਹੈ। ਨੰਬਰ 7, ਜਿਨ੍ਹਾਂ ਨੂੰ ਹਾਜ਼ਮਾ ਠੀਕ ਨਹੀਂ ਰਹਿੰਦਾ ਉਹਨਾਂ ਨੂੰ ਗੰਨੇ ਦਾ ਜੂਸ ਪੀਣਾ ਚਾਹੀਦਾ ਹੈ। ਨੰਬਰ 8, ਸਰੋਂ ਦਾ ਸਾਗ ਖਾਣ ਨਾਲ ਖੂਨ ਦੀ ਕਮੀ ਨਹੀਂ ਹੁੰਦੀ। ਨੰਬਰ 9, ਸ਼ੂਗਰ ਦੇ ਮਰੀਜ਼ਾਂ ਨੂੰ ਖੀਰਾ ਖਾਣਾ ਚਾਹੀਦਾ ਹੈ, ਖੀਰਾ ਉਸ ਲਈ ਲਾਭਦਾਇਕ ਹੈ। ਨੰਬਰ 10, ਸਵੇਰੇ ਖਾਲੀ ਪੇਟ ਦਹੀਂ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਨੰਬਰ 11, ਜ਼ਿਆਦਾ ਨਮਕ ਖਾਣ ਨਾਲ ਦਿਲ ਕਮਜ਼ੋਰ ਹੋ ਜਾਂਦਾ ਹੈ। ਨੰਬਰ 12, ਭੁੱਲਣ ਦੀ ਬਿਮਾਰੀ ਖਤਮ ਹੋ ਜਾਂਦੀ ਹੈ, ਦੁੱਧ ਨਾਲ ਖਜੂਰ ਜ਼ਰੂਰ ਖਾਓ। ਨੰਬਰ 13, ਅੰਗੂਰ ਖਾਣ ਨਾਲ ਗੁਰਦਿਆਂ ਵਿੱਚ ਪੱਥਰੀ ਨਹੀਂ ਹੁੰਦੀ। ਨੰਬਰ 14, ਖਾਣਾ ਖਾਣ ਤੋਂ ਪਹਿਲਾਂ ਕੋਈ ਵੀ ਇੱਕ ਫਲ ਖਾਓ, ਬਿਮਾਰੀ ਨਹੀਂ ਲੱਗੇਗੀ, ਸਰੀਰ ਤੁਹਾਡਾ ਤੰਦਰੁਸਤ ਰਹੇਗਾ। ਨੰਬਰ 15, ਗਾਂ ਦਾ ਦੁੱਧ ਪੀਣ ਨਾਲ ਚਿਹਰੇ 'ਤੇ ਨਿਖਾਰ ਆਵੇਗਾ ਅਤੇ ਦਿਮਾਗ ਵੀ ਤੇਜ਼ ਹੁੰਦਾ ਹੈ। ਨੰਬਰ 16, ਹੱਸਣ ਨਾਲ ਦਿਮਾਗ ਦਾ ਸਟ੍ਰੈਸ ਘੱਟ ਹੁੰਦਾ ਹੈ ਅਤੇ ਸਾਡਾ ਸਰੀਰ ਕਈਆਂ ਬਿਮਾਰੀਆਂ ਤੋਂ ਬਚ ਜਾਂਦਾ ਹੈ। ਨੰਬਰ 17, ਦਿਲ ਦੇ ਮਰੀਜ਼ ਲਈ ਗਾਜਰ ਦਾ ਜੂਸ ਬਹੁਤ ਲਾਭਦਾਇਕ ਹੁੰਦਾ ਹੈ। ਨੰਬਰ 18, ਸ਼ੂਗਰ ਦੇ ਮਰੀਜ਼ ਨੂੰ ਖੰਡ ਦੀ ਜਗ੍ਹਾ 'ਤੇ ਗੁੜ ਖਾਣਾ ਚਾਹੀਦਾ ਹੈ। ਕੰਮ ਆਉਣ ਵਾਲੀਆਂ ਗੱਲਾਂ, ਜੇਕਰ ਬੱਸ ਵਿੱਚ ਉਲਟੀ ਆਉਂਦੀ ਹੈ ਤਾਂ ਸੀਟ 'ਤੇ ਅਖਬਾਰ ਰੱਖ ਕੇ ਬੈਠਣਾ ਉਲਟੀ ਨਹੀਂ ਆਉਂਦੀ। ਨੰਬਰ 2, ਜੇਕਰ ਵਾਲ ਝੜਦੇ ਹਨ ਤਾਂ 100 ਗ੍ਰਾਮ ਨਾਰੀਅਲ ਦਾ ਤੇਲ 100 ਗ੍ਰਾਮ ਕਪੂਰ ਮਿਕਸ ਕਰਕੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾਓ। ਨੰਬਰ 3, ਨਕਸੀਰ ਛੁੱਟਣ 'ਤੇ ਨੱਕ ਵਿੱਚ ਦੇਸੀ ਘਿਓ ਲਗਾਉਣ 'ਤੇ ਨੱਕ ਵਿੱਚੋਂ ਖੂਨ ਆਉਣਾ ਬੰਦ ਹੋ ਜਾਂਦਾ ਹੈ। ਨੰਬਰ 4, ਕੱਦ ਵਧਾਉਣ ਲਈ ਅਸ਼ਵਗੰਧਾ ਅਤੇ ਮਿਸ਼ਰੀ ਬਰਾਬਰ ਮਾਤਰਾ ਵਿੱਚ ਚੂਰਨ ਬਣਾ ਕੇ ਖਾਣਾ ਖਾਣ ਤੋਂ ਬਾਅਦ ਲੈ ਲਵੋ। ਨੰਬਰ 5, ਅਸੀਂ 2 ਵਾਰੀ ਖਾਣਾ ਖਾਂਦੇ ਹਾਂ, ਇਸ ਲਈ 2 ਵਾਰ ਹੀ ਟੋਇਲਟ ਜਾਣਾ ਚਾਹੀਦਾ ਹੈ, ਕਿਉਂਕਿ ਕਬਜ਼ ਹੀ ਸਾਰੇ ਰੋਗਾਂ ਦੀ ਜੜ੍ਹ ਹੈ। ਨੰਬਰ 6, ਸਿਰ ਦਰਦ ਹੋਣ 'ਤੇ ਸਿਰ ਦਰਦ ਹੋਣ ਵਾਲੀ ਸਾਈਡ ਨੱਕ ਰਾਹੀਂ ਸਰੋਂ ਦਾ ਤੇਲ ਸੁੰਘ ਲਵੋ। ਨੰਬਰ 7, ਜ਼ੁਕਾਮ ਹੋਣ 'ਤੇ ਖਿਲ ਕੀਤਾ ਹੋਇਆ ਸੁਹਾਗਾ 1 ਚਮਚ ਗਰਮ ਪਾਣੀ ਨਾਲ ਲੈ ਲਵੋ, ਜ਼ੁਕਾਮ 15 ਮਿੰਟਾਂ ਵਿੱਚ ਛੂ ਮੰਤਰ ਹੋ ਜਾਵੇਗਾ। ਕਿਹੜੀ ਬਿਮਾਰੀ ਵਿੱਚ ਕੀ ਖਾਣਾ ਚਾਹੀਦਾ ਹੈ? ਨੰਬਰ 1, ਕਿਡਨੀ ਫੇਲ ਹੋਣ ਦਾ ਡਰ ਹੋਵੇ ਤਾਂ ਹਰੇ ਧਨੀਆ ਦਾ ਰਸ ਖਾਲੀ ਪੇਟ ਜ਼ਰੂਰ ਪੀਓ। ਨੰਬਰ 2, ਪਿੱਤ ਦੀ ਸ਼ਿਕਾਇਤ ਹੋਵੇ ਤਾਂ ਰੋਜ਼ਾਨਾ ਸਵੇਰੇ ਸ਼ਾਮ ਔਲੇ ਦਾ ਰਸ ਜ਼ਰੂਰ ਪੀਓ। ਨੰਬਰ 3, ਜੇਕਰ ਸਰਦੀ ਜ਼ੁਕਾਮ ਦੀ ਸੰਭਾਵਨਾ ਹੋਵੇ ਤਾਂ ਗੁਣਗੁਣੇ ਪਾਣੀ ਵਿੱਚ ਹਲਦੀ ਪਾ ਕੇ ਪੀਓ। ਨੰਬਰ 4, ਦੰਦਾਂ ਦੀ ਪ੍ਰੋਬਲਮ ਹੋਵੇ ਤਾਂ ਫਰਿੱਜ ਦਾ ਪਾਣੀ ਪੀਣਾ ਬੰਦ ਕਰ ਦਿਉ। ਨੰਬਰ 5, ਜੇਕਰ ਸ਼ੂਗਰ ਦੀ ਪ੍ਰੋਬਲਮ ਹੋਵੇ ਤਾਂ ਤਣਾਅ ਬਿਲਕੁਲ ਨਹੀਂ ਲੈਣਾ ਚਾਹੀਦਾ ਅਤੇ ਰਾਤ ਨੂੰ ਜਲਦੀ ਸੌਂ ਜਾਵੋ, ਐਕਸਰਸਾਈਜ਼ ਜ਼ਰੂਰ ਕਰੋ, ਮਿੱਠਾ ਘੱਟ ਖਾਓ, ਜੇ ਖਾਣਾ ਹੈ ਤਾਂ ਗੁੜ ਖਾਓ। ਨੰਬਰ 6, ਐਸਟੀਡੀ ਦੀ ਪ੍ਰੋਬਲਮ ਹੋਵੇ ਤਾਂ ਦੁਪਹਿਰ ਦੇ ਖਾਣੇ ਨਾਲ ਲੱਸੀ ਪੀਓ, ਸੌਂਫ ਦਾ ਪਾਣੀ ਅਤੇ ਪੁਦੀਨੇ ਦਾ ਪਾਣੀ ਪੀਣਾ ਵੀ ਲਾਭਦਾਇਕ ਹੁੰਦਾ ਹੈ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ, ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰੋ ਅਤੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ।